ਇਹ ਪਟਿਆਲਾ ਦੀ ਕਾਫੀ ਮਸ਼ਹੂਰ ਹੈ ਹਰਬੰਸ ਆਈਸਕ੍ਰੀਮ ਦੀ ਦੁਕਾਨ। ਹਰਬੰਸ ਆਈਸਕ੍ਰੀਮ ਦੀ ਦੁਕਾਨ ਜਿਹੜੀ ਪਟਿਆਲਾ ਦੇ ਰਾਘੂ ਮਾਜਰਾ ਦੇ ਨਜ਼ਦੀਕ ਹੀ ਹੈ ਜਿੱਥੇ ਇਹ ਘਟਨਾ ਵਾਪਰੀ ਹੈ। ਤਾਂ ਇਸ ਤੋਂ ਪਹਿਲਾਂ ਵੀ ਜਿਹੜੀ ਇਸ ਥਾਂ ਦੇ ਉੱਪਰ ਜਿਹੜੀ ਕਈ ਘਟਨਾਵਾਂ ਵਾਪਰੀਆਂ ਸੀ, ਜਿਸ ਤਰ੍ਹਾਂ ਕੇਕ ਖਾਣ ਦੇ ਨਾਲ ਇੱਕ ਬੱਚੀ ਦੀ ਮੌਤ ਹੋਈ ਸੀਗੀ, ਉਹ ਵੀ ਇਸ ਦੇ ਨਜ਼ਦੀਕ ਹੀ ਹੈ। ਅਤੇ ਚੋਕਲੇਟ ਖਾਣ ਦੇ ਨਾਲ ਇੱਕ ਬੱਚੀ ਦੀ ਸਿਹਤ ਵਿਗੜੀ ਸੀਗੀ, ਉਹ ਵੀ ਜਿਹੜੀ ਹੈ ਨਰਾਇਣ ਚੱਕੀ, ਉਹ ਵੀ ਇਸ ਦੇ ਨਜ਼ਦੀਕ ਹੀ ਹੈ। ਦੋ ਕਦਮਾਂ ਦੇ ਉੱਪਰ ਦੋਨੋਂ ਦੁਕਾਨਾਂ ਨੇ ਜਿੱਥੇ ਪਹਿਲਾਂ ਘਟਨਾ ਵਾਪਰੀਆਂ ਸੀਗੀਆਂ। ਤਾਂ ਉਸ ਤੋਂ ਬਾਅਦ ਹੁਣ ਇਹ ਪਟਿਆਲਾ ਦੇ ਵਿੱਚ ਤੀਜੀ ਘਟਨਾ ਜਿਹੜੀ ਹੁਣ ਵਾਪਰੀ ਹੈ, ਕਿਉਂਕਿ ਇਸ ਦੇ ਨਾਲ ਕਾਫੀ ਵੱਡਾ ਹਾਦਸਾ ਜਿਹੜਾ ਪਟਿਆਲਾ ਦੇ ਵਿੱਚ ਵਾਪਰਿਆ। ਕਈ ਬੱਚੇ ਜਿਹੜੇ ਆਪਣੀ ਕਹਿ ਸਕਦੇ ਹਾਂ ਕਿ ਜ਼ਿੰਦਗੀ ਅਤੇ ਮੌਤ ਦੀ ਲੜਾਈ ਜਿਹੜੀ ਹਸਪਤਾਲਾਂ ਦੇ ਵਿੱਚ ਲੜ ਰਹੇ ਨੇ। 12 ਦੇ ਕਰੀਬ ਜਿਹੜੇ 13 ਦੇ ਕਰੀਬ ਜਿਹੜੇ ਬੱਚੇ ਨੇ ਉਹ ਹਸਪਤਾਲਾਂ ਦੇ ਵਿੱਚ ਜੇਰੇ ਇਲਾਜ ਨੇ। ਸਹਾਰਾ ਹਸਪਤਾਲ ਰਿਪੋਰਟਸ ਨੇ ਉਹ ਚੈੱਕ ਕੀਤੇ ਜਾ ਰਹੇ ਨੇ। ਉਸ ਤੋਂ ਬਾਅਦ ਜਿਹੜੀ ਉੱਪਰ ਜਿੱਥੇ ਸਾਰਾ ਇਹ ਬਣਦਾ ਹੁੰਦਾ, ਆਈਸਕ੍ਰੀਮ ਵਗੈਰਾ ਬਣਦੀਆਂ ਨੇ, ਉਸ ਥਾਂ ਦੇ ਉੱਪਰ ਵੀ ਜਿਹੜੀ ਸੈਂਪਲਿੰਗ ਵਿਭਾਗ ਦੇ ਉੱਪਰ ਵੀ ਕਾਫੀ ਵੱਡੇ ਸਵਾਲ ਖੜੇ ਹੁੰਦੇ ਨੇ ਕਿ ਆਖਿਰਕਾਰ ਤਿਉਹਾਰਾਂ ਦੇ ਦਿਨ ਨਜ਼ਦੀਕ ਆ ਰਹੇ ਨੇ, ਇਸ ਜਗਬਨ ਟੀਵੀ ਦੇਖ ਰਹੇ ਹੋ ਤੁਸੀਂ। ਬੀਤੀ ਕੱਲ ਪਟਿਆਲਾ ਦੇ ਵਿੱਚ ਇੱਕ ਵੱਡਾ ਮਾਮਲਾ ਸਾਹਮਣੇ ਆਇਆ ਸੀ, ਜਿੱਥੇ ਪਟਿਆਲਾ ਦੀ ਮਸ਼ਹੂਰ ਹਰਬੰਸ ਆਈਸਕ੍ਰੀਮ ਦੀ ਦੁਕਾਨ ਤੋਂ ਇੱਕ ਪਰਿਵਾਰ ਜਿਹੜਾ ਆਪਣੇ ਬੱਚੇ ਦੇ ਜਨਮ ਦਿਨ ਮੌਕੇ ਕੇਕ, ਪੇਸਟਰੀ ਅਤੇ ਪੈਟਿਸ ਵਗੈਰਾ ਲੈ ਕੇ ਜਾਂਦਾ ਹੈ। ਤਾਂ ਉਸਦੇ ਨਾਲ ਜਿਹੜਾ ਕਈ ਗਲੀ ਦੇ ਬੱਚੇ ਜਿਹੜੇ ਕੇਕ ਕੱਟਣ ਦੇ ਲਈ ਘਰ ਆਏ ਹੋਏ ਸੀਗੇ, ਉਸ ਖੁਸ਼ੀ ਦੇ ਮੌਕੇ 'ਤੇ ਉਹ ਪਰਿਵਾਰ ਜਿਹੜੇ ਸਾਰੇ ਇਸ ਹਰਬੰਸ ਆਈਸਕ੍ਰੀਮ ਦੀ ਦੁਕਾਨ ਦਾ ਜਿਹੜਾ ਬਾਸਾ ਫੂਡ ਖਾਣ ਦੇ ਨਾਲ ਬਿਮਾਰ ਹੋ ਗਏ ਸੀਗੇ, ਅਤੇ ਉਸ ਤੋਂ ਬਾਅਦ ਨੇ ਸਿਹਤ ਜਦੋਂ ਵਿਗੜੀ ਤਾਂ ਹਸਪਤਾਲਾਂ ਦੇ ਵਿੱਚ ਜੇਰੇ ਇਲਾਜ ਦਾਖਲ ਹੋ ਗਏ ਸੀਗੇ। ਤਾਂ ਉਸ ਹੁਣ ਹਰਬੰਸ ਆਈਸਕ੍ਰੀਮ ਦੀ ਦੁਕਾਨ ਦੇ ਉੱਪਰ ਸਿਹਤ ਵਿਭਾਗ ਨੇ ਜਿਹੜੀ ਹੈ ਰੇਡ ਕੀਤੀ ਹੈ। ਉਸ ਥਾਂ 'ਤੇ ਜਿਹੜੇ ਸੈਂਪਲ ਹੈ ਉਹ ਭਰੇ ਜਾ ਰਹੇ ਨੇ। ਮੈਡਮ ਜਿਹੜੇ ਨੇ ਡਿਸਟ੍ਰਿਕਟ ਹੈਲਥ ਆਫਿਸਰ ਜਿਹੜੇ ਨੇ ਉਹ ਉਰੇ ਪਹੁੰਚੇ ਹੋਏ ਨੇ। ਸੈਂਪਲਿੰਗ ਜਿਹੜੀ ਹੈ ਲਗਾਤਾਰ ਜਾਰੀ ਹੈ ਇਸੀ ਹਰਬੰਸ ਆਈਸਕ੍ਰੀਮ ਦੀ ਦੁਕਾਨ ਦੇ ਉੱਪਰੋਂ। ਉਸ ਪਰਿਵਾਰ ਨੇ ਜਿਹੜਾ ਫੂਡ ਔਡਰ ਕੀਤਾ ਸੀਗਾ ਇਸੀ ਦੁਕਾਨ ਤੋਂ, ਜਿਹੜਾ ਕੇਕ, ਪੇਸਟਰੀ ਅਤੇ ਪੈਟਿਸ ਜਿਹੜੀਆਂ ਨੇ ਪਰਿਵਾਰ ਨੇ ਆਪਣੇ ਬੱਚੇ ਦੇ ਖੁਸ਼ੀ ਜਨਮਦਿਨ ਮੌਕੇ 'ਤੇ ਜਿਹੜਾ ਘਰ ਦੇ ਵਿੱਚ ਇੱਥੋਂ ਦੀ ਫੂਡ ਲੈ ਕੇ ਗਏ ਸੀਗੇ, ਅਤੇ ਗਲੀ ਦੇ ਜਿਹੜੇ ਬੱਚੇ ਸੀਗੇ ਛੋਟੇ ਉਹਨਾਂ ਨੂੰ ਘਰ ਦੇ ਵਿੱਚ ਖੁਸ਼ੀ ਮੌਕੇ ਬੁਲਾਇਆ ਹੋਇਆ ਸੀਗਾ। ਲੇਕਿਨ ਉਹ ਫੂਡ ਖਾਣ ਦੇ ਨਾਲ ਬੀਤੀ ਰਾਤ ਹੀ ਪੂਰੇ ਪਰਿਵਾਰ ਸਣੇ ਜਿਹੜਾ ਉਹ ਗਲੀ ਦੇ ਬੱਚੇ ਜਿਹੜੇ ਬੁਲਾਏ ਹੋਏ ਸੀਗੇ ਉਹਨਾਂ ਦੀ ਸਾਰੀ ਸਿਹਤ ਜਿਹੜੀ ਹੈ ਵਿਗੜ ਜਾਂਦੀ ਹੈ। ਤਾਂ ਉਸ ਤੋਂ ਬਾਅਦ ਸਾਰੇ ਬੱਚਿਆਂ ਨੂੰ ਤੁਰੰਤ ਹੀ ਪਟਿਆਲਾ ਦੇ ਸਹਾਰਾ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਜਾਂਦਾ ਹੈ। ਮਾਮਲਾ ਜਿਹੜਾ ਪਟਿਆਲਾ ਦੇ ਰਾਘੂ ਮਾਜਰਾ ਦਾ ਸੀਗਾ, ਜਿੱਥੇ ਪਰਿਵਾਰ ਜਿਹੜਾ ਆਪਣੇ ਬੱਚੇ ਦੀ ਖੁਸ਼ੀ ਮੌਕੇ ਜਿਹੜਾ ਇਸ ਦੁਕਾਨ ਦੇ ਉੱਪਰੋਂ ਕੇਕ ਅਤੇ ਪੇਸਟਰੀ ਜਿਹੜੀ ਹੈ ਉਹ ਪੈਟਿਸ ਜਿਹੜੀਆਂ ਨੇ ਇੱਥੋਂ ਦੀ ਲੈ ਕੇ ਜਾਂਦਾ, ਅਤੇ ਉਸੀ ਪੈਟਿਸ, ਪੇਸਟਰੀਆਂ ਅਤੇ ਕੇਕ ਦੇ ਨਾਲ ਜਿਹੜੀ ਹੈ ਦਰਜਨ ਤੋਂ ਵੱਧ ਬੱਚੇ ਅਤੇ ਉਹਨਾਂ ਦੇ ਮਾਂ ਪਿਓ ਦੀ ਜਿਹੜੀ ਸਿਹਤ ਹੈ ਉਹ ਵਿਗੜ ਜਾਂਦੀ ਹੈ। ਤਾਂ ਇਸ ਤੋਂ ਪਹਿਲਾਂ ਵੀ ਜਿਹੜਾ ਪਟਿਆਲਾ ਦੇ ਵਿੱਚ ਕਈ ਮਾਮਲੇ ਵਾਪਰੇ ਸੀ, ਜਿਸ ਤਰ੍ਹਾਂ ਚੋਕਲੇਟ ਖਾਣ ਦੇ ਨਾਲ ਇੱਕ ਬੱਚੀ ਦੀ ਸਿਹਤ ਵਿਗੜੀ ਸੀ ਜਿਹੜੀ ਲੁਧਿਆਣਾ ਤੋਂ ਪਟਿਆਲਾ ਦੇ ਵਿੱਚ ਆਈ ਹੋਈ ਸੀ ਆਪਣੇ ਰਿਸ਼ਤੇਦਾਰਾਂ ਦੇ ਘਰ। ਤਾਂ ਉਸ ਤੋਂ ਪਹਿਲਾਂ ਵੀ ਇੱਕ ਘਟਨਾ ਵਾਪਰੀ ਸੀਗੀ ਜਿਹੜੀ ਪਟਿਆਲਾ ਦੇ ਇੰਡੀਅਨ ਬੈਕਰ ਦੀ, ਉਹ ਵੀ ਇਸ ਦੇ ਨਜ਼ਦੀਕ ਹੀ ਹੈ। ਤਾਂ ਉਸ ਤੋਂ ਵੀ ਜਿਹੜੀ ਹੈ ਇੱਕ ਕੇਕ ਖਾਣ ਦੇ ਨਾਲ ਪਰਿਵਾਰ ਨੇ ਦਾਅਵਾ ਕੀਤਾ ਸੀਗਾ ਕਿ ਸਾਡੀ ਬੱਚੀ ਦੀ ਜਿਹੜੀ ਹੈ ਮੌਤ ਹੋਈ ਹੈ। ਤਾਂ ਹੁਣ ਕਹਿ ਸਕਦੇ ਹਾਂ ਕਿ ਹਰਬੰਸ ਆਈਸਕ੍ਰੀਮ ਦੀ ਦੁਕਾਨ ਜਿਹੜੀ ਹੈ ਕਾਫੀ ਮਸ਼ਹੂਰ ਹੈ ਪਟਿਆਲਾ ਦੇ ਵਿੱਚ, ਕਾਫੀ ਫੇਮਸ ਮੰਨੀ ਜਾਂਦੀ ਹੈ ਆਈਸਕ੍ਰੀਮ ਅਤੇ ਕੇਕ ਜਾਂ ਫਿਰ ਪੇਸਟਰੀ ਦੇ ਮਾਮਲੇ ਦੇ ਵਿੱਚ। ਤਾਂ ਉਸੀ ਦੁਕਾਨ ਦੇ ਉੱਪਰੋਂ ਜਦੋਂ ਪਰਿਵਾਰ ਜਿਹੜਾ ਆਪਣੇ ਬੱਚੇ ਦੀ ਜਨਮ ਦਿਨ ਮੌਕੇ, ਖੁਸ਼ੀ ਮੌਕੇ ਜਿਹੜਾ ਕੇਕ ਆਰਡਰ ਕਰਦਾ, ਕੇਕ ਤੋਂ ਬਾਅਦ ਪੈਸਟਰੀ ਜਿਹੜੀ ਆ ਮੰਗਾਈ ਜਾਂਦੀ ਹੈ, ਪੈਟਿਸ ਲਈ ਜਾਂਦੀਆਂ ਨੇ, ਤਾਂ ਉਸੀ ਫੂਡ ਦੇ ਨਾਲ ਜਿਹੜੀ ਹੈ ਇੱਕ ਦਰਜਨ ਤੋਂ ਵੱਧ ਬੱਚਿਆਂ ਦੀ ਜਿਹੜੀ ਹੈ ਸਿਹਤ ਵਿਗੜੀ ਹੈ। ਤਾਂ ਸਿਹਤ ਵਿਗੜਨ ਤੋਂ ਬਾਅਦ ਪੂਰੇ ਬੱਚੇ ਜਿਹੜੇ ਨੇ ਜਿਹੜੇ ਬਿਮਾਰ ਹੋਏ ਸੀ, ਇੱਕ ਦਰਜਨ ਤੋਂ ਬਾਅਦ ਉਹਨਾਂ ਦੇ ਮਾਂ ਪਿਓ ਬਿਮਾਰ ਹੋਏ ਸੀਗੇ, ਉਹਨਾਂ ਨੂੰ ਪਟਿਆਲਾ ਦੇ ਨਿੱਜੀ ਹਸਪਤਾਲ ਸਹਾਰਾ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਸੀਗਾ, ਜਿੱਥੇ ਉਹਨਾਂ ਦਾ ਇਲਾਜ ਜਿਹੜਾ
ਚੱਲਦਾ ਪਿਆ। ਤਾਂ ਇਹ ਤਸਵੀਰ ਤੁਸੀਂ ਦੇਖ ਸਕਦੇ ਹੋ ਕਿ ਡਿਸਟ੍ਰਿਕਟ ਹੈਲਥ ਆਫਿਸਰ ਦੀ ਟੀਮ ਜਿਹੜੀ ਹੈ ਉਹ ਹੁਣ ਇਸ ਦੁਕਾਨ ਦੇ ਉੱਪਰ ਪਹੁੰਚ ਚੁੱਕੀ ਹੈ। ਇਸ ਦੁਕਾਨ ਦੇ ਉੱਪਰ ਜਿਹੜੀ ਹੈ ਸੈਂਪਲਿੰਗ ਜਿਹੜੀ ਹੈ ਉਹ ਕੀਤੀ ਜਾ ਰਹੀ ਹੈ। ਤਾਂ ਉਸ ਤੋਂ ਬਾਅਦ ਜਿਹੜੀ ਕਹਿ ਸਕਦੇ ਹਾਂ ਕਿ ਰੇਡ ਜਿਹੜੀ ਇਸ ਦੁਕਾਨ ਦੇ ਉੱਪਰ ਹੋਈ ਹੈ, ਤਾਂ ਦਿਨ ਚੜ੍ਹਦਿਆਂ ਹੀ ਪਟਿਆਲਾ ਦੇ ਵਿੱਚ ਜਿਹੜੀ ਹੈ ਇਹ ਪੂਰਾ ਮਾਮਲਾ ਜਿਹੜਾ ਨਸ਼ਰ ਹੁੰਦਾ, ਕਿਉਂਕਿ ਬੀਤੀ ਰਾਤ ਦੀ ਇਹ ਘਟਨਾ। ਉਸ ਤੋਂ ਬਾਅਦ ਜਦੋਂ ਦਿਨ ਚੜ੍ਹਦਾ, ਦਿਨ ਚੜ੍ਹਦਿਆਂ ਹੀ ਸਾਰੀ ਜਿਹੜੀ ਇਹ ਜਾਣਕਾਰੀ ਹੈ ਜਿਹੜੀ ਸਾਹਮਣੇ ਆਉਂਦੀ ਹੈ ਕਿ 1 ਦਰਜ਼ਨ ਤੋਂ ਵੱਧ ਜਿਹੜੇ ਬੱਚੇ ਨੇ ਉਹਨਾਂ ਦੇ ਮਾਂ ਪਿਓ ਜਿਹੜੇ ਨੇ ਉਹ ਬਿਮਾਰ ਹੋਏ ਨੇ। ਤਾਂ ਉਸ ਤੋਂ ਬਾਅਦ ਜਿਹੜੀ ਸਿਹਤ ਮਹਿਕਮੇ ਦੀ ਟੀਮ ਹੈ ਉਹ ਹੁਣ ਇਸ ਥਾਂ ਦੇ ਉੱਪਰ ਪਹੁੰਚੀ ਹੋਈ ਹੈ ਅਤੇ ਰੇਡ ਜਿਹੜੀ ਹੈ ਲਗਾਤਾਰ ਚੱਲ ਰਹੀ ਹੈ। ਕੇਕ ਦੇ ਜਿਹੜੇ ਔਡਰ ਨੇ ਉਹ ਕੇਕ ਦੇ ਜਿਹੜੇ ਸੈਂਪਲ ਨੇ ਉਹ ਇੱਥੋਂ ਦੀ ਭਰੇ ਜਾ ਰਹੇ ਨੇ। ਉਸ ਤੋਂ ਬਾਅਦ ਜੇਕਰ ਗੱਲ ਕਰੀਏ ਤਾਂ ਪੈਟਿਸ ਜਿਹੜੀਆਂ ਰੱਖੀਆਂ ਗਈਆਂ ਨੇ, ਜਿਹੜਾ ਫੂਡ ਪਰਿਵਾਰ ਨੇ ਮੰਗਾਇਆ ਸੀਗਾ, ਹਰ ਇੱਕ ਫੂਡ ਦੀ ਜਿਹੜੀ ਸੈਂਪਲਿੰਗ ਹੈ ਇਸ ਦੁਕਾਨ ਦੇ ਉੱਪਰ ਹੋ ਰਹੀ ਹੈ। ਪਟਿਆਲਾ ਦੀ ਕਾਫੀ ਮਸ਼ਹੂਰ ਹੈ ਹਰਬੰਸ ਆਈਸਕ੍ਰੀਮ ਦੀ ਦੁਕਾਨ ਜਿਹੜੀ ਪਟਿਆਲਾ ਦੇ ਰਾਗੂ ਮਾਜਰਾ ਦੇ ਨਜ਼ਦੀਕ ਹੀ ਹੈ ਜਿੱਥੇ ਇਹ ਘਟਨਾ ਵਾਪਰੀ ਹੈ। ਤਾਂ ਇਸ ਤੋਂ ਪਹਿਲਾਂ ਵੀ ਜਿਹੜੀ ਇਸ ਥਾਂ ਦੇ ਉੱਪਰ ਜਿਹੜੀ ਕਈ ਘਟਨਾਵਾਂ ਵਾਪਰੀਆਂ ਸੀ, ਜਿਸ ਤਰ੍ਹਾਂ ਕੇਕ ਖਾਣ ਦੇ ਨਾਲ ਇੱਕ ਬੱਚੀ ਦੀ ਮੌਤ ਹੋਈ ਸੀਗੀ, ਉਹ ਵੀ ਇਸ ਦੇ ਨਜ਼ਦੀਕ ਹੀ ਹੈ ਇੰਡੀਅਨ ਬੈਕਰ। ਤਾਂ ਉਸ ਤੋਂ ਬਾਅਦ ਜਿਹੜੀ ਇੱਕ ਘਟਨਾ ਹੋਰ ਵਾਪਰੀ ਸੀ ਜਿਸ 'ਤੇ ਚੋਕਲੇਟ ਖਾਣ ਦੇ ਨਾਲ ਇੱਕ ਬੱਚੀ ਦੀ ਸਿਹਤ ਵਿਗੜੀ ਸੀਗੀ, ਉਹ ਵੀ ਜਿਹੜੀ ਹੈ ਨਰਾਇਣ ਚੱਕੀ, ਉਹ ਵੀ ਇਸ ਦੇ ਨਜ਼ਦੀਕ ਹੀ ਹੈ। 2 ਕਦਮਾਂ ਦੇ ਉੱਪਰ ਦੋਨੋਂ ਦੁਕਾਨਾਂ ਨੇ ਜਿੱਥੇ ਪਹਿਲਾਂ ਘਟਨਾ ਵਾਪਰੀਆਂ ਸੀਗੀਆਂ। ਤਾਂ ਉਸ ਤੋਂ ਬਾਅਦ ਹੁਣ ਇਹ ਪਟਿਆਲਾ ਦੇ ਵਿੱਚ ਤੀਜੀ ਘਟਨਾ ਹੈ ਜਿਹੜੀ ਹੁਣ ਵਾਪਰੀ ਹੈ, ਕਿਉਂਕਿ ਇਸ ਦੇ ਨਾਲ ਕਾਫੀ ਵੱਡਾ ਹਾਦਸਾ ਜਿਹੜਾ ਪਟਿਆਲਾ ਦੇ ਵਿੱਚ ਵਾਪਰਿਆ। ਕਈ ਬੱਚੇ ਜਿਹੜੇ ਆਪਣੀ ਕਹਿ ਸਕਦੇ ਹਾਂ ਕਿ ਜ਼ਿੰਦਗੀ ਅਤੇ ਮੌਤ ਦੀ ਲੜਾਈ ਜਿਹੜੀ ਹਸਪਤਾਲਾਂ ਦੇ ਵਿੱਚ ਲੜ ਰਹੇ ਨੇ। 12 ਦੇ ਕਰੀਬ ਜਿਹੜੇ 13 ਦੇ ਕਰੀਬ ਜਿਹੜੇ ਬੱਚੇ ਨੇ ਉਹ ਹਸਪਤਾਲਾਂ ਦੇ ਵਿੱਚ ਜੇਰੇ ਇਲਾਜ ਨੇ। ਸਹਾਰਾ ਹਸਪਤਾਲ ਦੇ ਵਿੱਚ ਉਹਨਾਂ ਦਾ ਇਲਾਜ ਜਿਹੜਾ, ਉਹਨਾਂ ਬੱਚਿਆਂ ਦਾ ਇਲਾਜ ਜਿਹੜਾ ਚੱਲਦਾ ਹੋਇਆ ਨਜ਼ਰ ਆ ਰਿਹਾ ਹੈ। ਤਾਂ ਇਹ ਤਸਵੀਰ ਤੁਸੀਂ ਜਗਬਾਣੀ ਦੇ ਉੱਪਰ ਦੇਖ ਰਹੇ ਹੋ ਕਿ ਜਿਹੜੀ ਸਿਹਤ ਵਿਭਾਗ ਦੀ ਟੀਮ ਹੈ ਉਹ ਇਸ ਥਾਂ ਦੇ ਉੱਪਰ ਪਹੁੰਚੀ ਹੋਈ ਹੈ, ਰੇਡ ਜਿਹੜੀ ਹੈ ਉਹ ਕੀਤੀ ਜਾ ਰਹੀ ਹੈ, ਸੈਂਪਲਿੰਗ ਜਿਹੜੀ ਹੈ ਉਹ ਇੱਥੋਂ ਦੀ ਕੀਤੀ ਜਾ ਰਹੀ ਹੈ। ਤਾਂ ਤਸਵੀਰਾਂ ਤੁਸੀਂ ਦੇਖ ਪਾ ਰਹੇ ਹੋ ਕਿ ਸਾਰੇ ਜਿਹੜੇ ਰਿਕਾਰਡਸ ਨੇ ਉਹ ਚੈੱਕ ਕੀਤੇ ਜਾ ਰਹੇ ਨੇ। ਉਸ ਤੋਂ ਬਾਅਦ ਜਿਹੜੀ ਉੱਪਰ ਜਿੱਥੇ ਸਾਰਾ ਇਹ ਬਣਦਾ ਹੁੰਦਾ, ਆਈਸਕ੍ਰੀਮ ਵਗੈਰਾ ਬਣਦੀਆਂ ਨੇ, ਉਸ ਥਾਂ ਦੇ ਉੱਪਰ ਵੀ ਜਿਹੜੀ ਸੈਂਪਲਿੰਗ ਹੈ ਉਹ ਕੀਤੀ ਗਈ ਸੀਗੀ। ਤਾਂ ਇਹ ਤਸਵੀਰਾਂ ਤੁਸੀਂ ਦੇਖੋਗੇ ਕਿ ਇੱਥੇ ਜਿਹੜੀ ਵਨੀਲਾ, ਸਟ੍ਰੋਬਰੀ, ਮੈਂਗੋ ਅਤੇ ਪਾਈਨਐਪਲ ਜਿਹੜੀ ਆਈਸਕ੍ਰੀਮ ਦੇ ਫਲੇਵਰਸ ਨੇ ਉਹ ਰੱਖੇ ਹੋਏ ਨਜ਼ਰ ਆ ਰਹੇ ਨੇ। ਦੂਜੇ ਪਾਸੇ ਦੇਖੋਗੇ ਕਿ ਸਿਹਤ ਵਿਭਾਗ ਦੀ ਟੀਮ ਜਿਹੜੀ ਹੈ ਉਹ ਇੱਥੇ ਜਾਂਚ ਕਰਦੀ ਹੋਈ ਨਜ਼ਰ ਆ ਰਹੀ ਹੈ, ਇੱਥੇ ਜਿਹੜੇ ਸੈਂਪਲ ਨੇ ਉਹ ਲਏ ਜਾ ਰਹੇ ਨੇ। ਅਤੇ ਗੱਲਬਾਤ ਵੀ ਕਰਾਂਗੇ, ਮੈਡਮ ਹੁਣੀ ਪਹੁੰਚੇ ਹੋਏ ਨੇ, ਤਾਂ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ ਕਿ ਆਖਿਰਕਾਰ ਕੀ ਕੁਝ ਸਾਹਮਣੇ ਆਇਆ, ਕੀ ਕੁਝ ਪੂਰਾ ਮਾਮਲਾ ਸੀਗਾ, ਉਸ ਦੇ ਉੱਪਰ ਵੀ ਗੱਲਬਾਤ ਕੀਤੀ ਜਾਵੇਗੀ। ਤਾਂ ਤਸਵੀਰ ਤੁਸੀਂ ਦੇਖ ਸਕਦੇ ਹੋ ਪੂਰੀ ਕਿ ਜਿਹੜੇ ਰਿਕਾਰਡਸ ਨੇ ਉਹ ਚੈੱਕ ਕੀਤੇ ਜਾ ਰਹੇ ਨੇ। ਇਸ ਤੋਂ ਬਾਅਦ ਜਿਹੜੇ ਸੈਂਪਲ ਨੇ ਕੇਕ ਜਿਹੜੇ ਨੇ ਉਹ 2 ਇੱਥੋਂ ਦੀ ਲੈ ਕੇ ਜਾ ਰਹੇ ਨੇ। ਤਾਂ ਇਹ ਕਾਫੀ ਵੱਡੀ ਰੇਡ ਹੈ, ਕਿਉਂਕਿ ਕਾਫੀ ਵੱਡਾ ਮਾਮਲਾ ਸਾਹਮਣੇ ਆਇਆ ਕਿ 1 ਦਰਜ਼ਨ ਤੋਂ ਵੱਧ ਜਿਹੜੇ ਬੱਚੇ ਨੇ ਉਹ ਇਸ ਦੁਕਾਨ ਦੇ ਉੱਪਰ ਗਏ, ਫੂਡ ਦੇ ਨਾਲ, ਕੇਕ ਦੇ ਨਾਲ, ਪੇਸਟਰੀਆਂ ਦੇ ਨਾਲ ਬਿਮਾਰ ਹੋਏ ਨੇ। ਕਿਉਂਕਿ ਸਿਹਤ ਵਿਭਾਗ ਦੇ ਉੱਪਰ ਵੀ ਕਾਫੀ ਵੱਡੇ ਸਵਾਲ ਖੜੇ ਹੁੰਦੇ ਨੇ ਕਿ ਆਖਿਰਕਾਰ ਤਿਉਹਾਰਾਂ ਦੇ ਦਿਨ ਨਜ਼ਦੀਕ ਆ ਰਹੇ ਨੇ, ਇਸ ਬੈਕਰੀ ਤੋਂ ਜਿਹੜਾ ਫੂਡ ਗਿਆ ਉਸ ਦੇ ਨਾਲ ਬੱਚੇ ਜਿਹੜੇ ਬਿਮਾਰ ਹੋਏ ਨੇ, ਆਖਿਰਕਾਰ ਕਿਉਂ ਸਿਹਤ ਵਿਭਾਗ ਜਿਹੜਾ ਸੁੱਤਾ ਰਹਿੰਦਾ, ਕਿਉਂ ਨਹੀਂ ਇਸ ਦੇ ਉੱਪਰ ਜਿਹੜਾ ਐਕਸ਼ਨ ਲੈਂਦਾ? ਕਿਉਂਕਿ ਪਹਿਲਾਂ ਵੀ ਕਈ ਘਟਨਾਵਾਂ ਪਟਿਆਲਾ ਦੇ ਵਿੱਚ ਵਾਪਰੀਆਂ ਨੇ, ਇਸ ਤੋਂ ਪਹਿਲਾਂ ਵੀ 2 ਘਟਨਾਵਾਂ ਵਾਪਰੀਆਂ ਨੇ ਜਿਸ ਦੇ ਨਾਲ ਇੱਕ ਬੱਚੀ ਦੀ ਮੌਤ ਵੀ ਹੋਈ ਸੀਗੀ ਅਤੇ ਦੂਜੀ ਬੱਚੀ ਜਿਹੜੀ ਹੈ ਬਿਮਾਰ ਵੀ ਹੋਈ ਸੀਗੀ। ਤਾਂ ਹੁਣ ਵੀ ਕਾਫੀ ਬੱਚੇ ਜਿਹੜੇ ਬਿਮਾਰ ਹੋਏ ਨੇ ਇਸ ਹਰਬੰਸ ਆਈਸਕ੍ਰੀਮ ਦੇ ਫੂਡ ਦੇ ਨਾਲ, ਕਿਉਂਕਿ ਘਰ ਦੇ ਵਿੱਚ ਖੁਸ਼ੀਆਂ ਦਾ ਮੌਕਾ ਸੀਗਾ। ਖੁਸ਼ੀਆਂ ਦੇ ਮੌਕੇ ਤੇ ਪਰਿਵਾਰ ਨੇ ਜਿਹੜਾ ਘਰ ਦੇ ਵਿੱਚ ਇੱਥੋਂ ਦੀ ਫੂਡ ਲੈ ਕੇ ਗਏ ਸੀਗੇ ਅਤੇ ਗਲੀ ਦੇ ਵੀ ਤਮਾਮ ਜਿਹੜੇ ਬੱਚੇ ਨੇ ਉਹ ਘਰੇ ਬੁਲਾਏ ਹੋਏ ਸੀਗੇ ਖੁਸ਼ੀ ਮੌਕੇ, ਲੇਕਿਨ ਪਰਿਵਾਰ ਨੂੰ ਇਹ ਤੱਕ ਨਹੀਂ ਪਤਾ ਸੀਗਾ ਕਿ ਇੱਥੇ ਦਾ ਜਿਹੜਾ ਫੂਡ ਉਹ ਘਰ ਲੈ ਕੇ ਜਾ ਰਹੇ ਨੇ ਖੁਸ਼ੀਆਂ ਮਨਾਉਣ ਦੇ ਲਈ, ਉਹ ਉਹਨਾਂ ਦੇ ਲਈ ਕਾਲ ਸਾਬਿਤ ਹੋਵੇਗਾ। ਕਿਉਂਕਿ ਕਾਫੀ ਬੱਚੇ ਜਿਹੜੇ ਬਿਮਾਰ ਹੋ ਚੁੱਕੇ ਨੇ, 13 ਦੇ ਕਰੀਬ ਜਿਹੜੇ ਬੱਚੇ ਅਤੇ ਪਰਿਵਾਰ ਨੇ ਉਹ ਬਿਮਾਰ ਨੇ। ਅਤੇ ਤੁਸੀਂ ਦੇਖੋਗੇ ਕਿ ਹੁਣ ਸੈਂਪਲਿੰਗ ਜਿਹੜੀ ਹੈ ਇੱਥੋਂ ਦੀ ਕੀਤੀ ਜਾ ਰਹੀ ਹੈ। ਮੈਡਮ ਹੁਣੀ ਵੀ ਇੱਥੇ ਪਹੁੰਚੇ ਹੋਏ ਨੇ, ਗੱਲਬਾਤ ਵੀ ਕਰਾਂਗੇ ਕਿ ਆਖਿਰਕਾਰ ਕੀ ਕੁਛ ਕਹਿਣਾ। ਮੈਮ ਅੱਜ ਰੇਡ ਚੱਲ ਰਹੀ ਹੈ ਜੀ, ਸੈਂਪਲਿੰਗ ਕਰ ਰਹੇ ਹੋ? ਹਾਂਜੀ ਹਾਂਜੀ ਹਾਂਜੀ। ਮੈਮ ਕੀ ਮਾਮਲਾ ਸੀਗਾ, ਸ਼ਿਕਾਇਤ ਕਦੋਂ ਤੁਹਾਡੇ ਕੋਲ ਪਹੁੰਚੀ? ਸਾਡੇ ਕੋਲ ਕੱਲ ਵੀਡੀਓ ਪਹੁੰਚੀ ਸੀ, ਕੱਲ ਪਤਾ ਚੱਲਿਆ ਸੀ ਸਾਨੂੰ, ਨਾਲ ਦੀ ਨਾਲ ਸਾਡੀ ਟੀਮ ਨੇ ਕੱਲ ਵੀ ਇਨਸਪੈਕਸ਼ਨ ਕਰਕੇ ਗਏ ਸੀ ਤੇ ਅੱਜ ਮੈਂ ਖੁਦ ਆਈ ਆ ਤੇ ਅਸੀਂ ਇਹਨਾਂ ਦੀ ਜੋ ਸੈਂਪਲਿੰਗ ਹੈ ਉਹ ਕਰ ਰਹੇ ਹਾਂ।
ਅਤੇ ਸੈਂਪਲ ਅਸੀਂ ਭੇਜਾਂਗੇ ਉੱਪਰ ਲੈਬੋਰਟਰੀ ਦੇ ਵਿੱਚ, ਜੋ ਵੀ ਇਹਨਾਂ ਦੀ ਰਿਪੋਰਟ ਆਏਗੀ ਉਹ ਹਿਸਾਬ ਨਾਲ ਇਹਨਾਂ 'ਤੇ ਬਣਦੀ ਕਾਰਵਾਈ ਕੀਤੀ ਜਾਏਗੀ। ਜਿਸ ਤਰ੍ਹਾਂ ਫੈਸਟੀਵਲ ਸੀਜ਼ਨ ਆ ਰਿਹਾ ਅੱਗੇ, ਹੈ ਨਾ, ਜਿਸ ਤਰ੍ਹਾਂ ਦੀਵਾਲੀ, ਦੁਸਹਿਰਾ, ਸਾਰੇ ਤਿਉਹਾਰ ਆ ਰਹੇ ਨੇ ਅੱਗੇ, ਉਸ ਨੂੰ ਲੈ ਕੇ ਸਿਹਤ ਵਿਭਾਗ ਦੇ ਉੱਪਰ ਲਗਾਤਾਰ ਐਕਸ਼ਨ ਹੁੰਦਾ ਹੈ ਕਿ ਸਵਾਲ ਖੜੇ ਹੁੰਦੇ ਨੇ ਕਿ ਕਿਉਂ ਨਹੀਂ ਪਹਿਲਾਂ ਇਹ ਚੈਕਿੰਗ ਕਰਦੇ ਹੈਗੇ ਦੁਕਾਨਾਂ ਦੇ ਉੱਪਰ ਜਾ ਕੇ, ਕਿਉਂਕਿ ਜਦੋਂ ਅਜਿਹੀਆਂ ਘਟਨਾਵਾਂ ਸਾਹਮਣੇ ਆਉਂਦੀਆਂ ਨੇ ਉਦੋਂ ਜ਼ਰੂਰ ਪਹੁੰਚ ਜਾਂਦੇ ਨੇ, ਸੈਂਪਲ ਭਰਦੇ ਨੇ, ਲੇਕਿਨ ਪਰਿਵਾਰਾਂ ਦਾ ਵੀ ਇਹ ਕੁਛ ਕਹਿਣਾ ਹੈ ਕਿ ਪਹਿਲਾਂ ਕਿਉਂ ਨਹੀਂ ਚੈਕਿੰਗ ਕਰਦੇ ਹੈਗੇ। ਸਾਡੀ ਟੀਮ ਜਿਹੜੀ ਹੈਗੀ ਹੈ, ਦੇਖੋ ਹਮੇਸ਼ਾ ਜਿਹੜੀ ਹੈਗੀ ਹੈ ਸਾਡੀ ਟੀਮ ਆਪਣਾ ਰੂਟੀਨ ਦਾ ਜੋ ਵਰਕ ਹੈ, ਰੂਟੀਨ ਦੇ ਵਿੱਚ ਆਪਣਾ ਜਿਹੜਾ ਪੂਰਾ ਕੰਮ ਹੈ ਉਹ ਪੂਰਾ ਮਿਹਨਤ ਨਾਲ ਕਰਦੀ ਹੈ, ਰੈਗੂਲਰ ਚੈਕਿੰਗ ਕਰਦੀ ਹੈ। ਔਰ ਜਿੱਥੇ ਕੋਈ ਕੰਪਲੇਂਟ ਆਉਂਦੀ ਹੈ ਉੱਥੇ ਤਾਂ ਅਸੀਂ ਨਾਲ ਦੀ ਨਾਲ ਤੁਰੰਤ ਸਾਰੀ ਟੀਮ ਲੈ ਕੇ ਪਹੁੰਚਦੇ ਹਾਂ। ਵੈਸੇ ਵੀ ਸਾਡੀ ਜਿਹੜੀ ਟੀਮ ਹੈਗੀ ਹੈ ਰੂਟੀਨ 'ਚ ਇੰਸਪੈਕਸ਼ਨ ਕਰਦੀ ਹੈ, ਚਲਾਨ ਕੱਟਦੀ ਹੈ, ਚੈਕਿੰਗਸ ਕਰਦੀ ਹੈ ਅਤੇ ਸੈਂਪਲ ਭਰਦੀ ਹੈ। ਅਤੇ ਅੱਜ ਮੈਮ ਜਿਸ ਤਰ੍ਹਾਂ ਹਰਬੰਸ ਆਈਸਕ੍ਰੀਮ ਦੇ ਆਏ ਹੋ, ਕਾਫੀ ਵੱਡਾ ਨਾਮ ਹੈ ਇਸ ਆਈਸਕ੍ਰੀਮ ਦੀ ਦੁਕਾਨ ਦਾ, ਹੈ ਨਾ, ਕਿਹੜੇ ਕਿਹੜੇ ਸੈਂਪਲ ਜਿਹੜੇ ਇੱਥੋਂ ਦੇ ਲਏ ਜਾ ਰਹੇ ਨੇ? ਅਸੀਂ ਅੱਜ ਜਿਹੜੇ ਹੈਗਾ, ਕਿਉਂਕਿ ਸਾਨੂੰ ਕੇਕ ਦੀ ਕੰਪਲੇਂਟ ਆਈ ਸੀ, ਤੋ ਜਿਹੜੇ ਇੱਥੇ ਇਸ ਟਾਈਮ ਮੌਜੂਦਾ ਕੇਕ ਪਏ ਸੀਗੇ, ਬਣੇ ਹੋਏ ਕੇਕ ਪਏ ਨੇ, ਪੁਰਾਣੇ ਕੇਕ ਪਏ ਨੇ, ਉਹ ਅਸੀਂ ਉਹਨਾਂ ਦੇ ਸੈਂਪਲ ਲੈ ਰਹੇ ਹਾਂ ਅਤੇ ਇੱਕ ਦੋ ਸੈਂਪਲ ਅਸੀਂ ਹੋਰ ਵੀ ਲਵਾਂਗੇ। ਜਿਸ ਤਰ੍ਹਾਂ ਆਈਸਕ੍ਰੀਮ ਦੇ ਡੱਬੇ ਮੈਮ ਪੈਕ ਕੀਤੇ ਹੋਏ ਨੇ ਇੱਥੇ, ਹੈ ਨਾ, ਉਹ ਕਾਫੀ ਤੁਸੀਂ ਪੈਕਿੰਗ ਦੇ ਉੱਪਰ ਵੀ ਸਵਾਲ ਚੁੱਕੇ ਸੀਗੇ ਕਿ ਪਰਿਵਾਰਾਂ ਨੂੰ ਕਿਸ ਤਰ੍ਹਾਂ ਪਤਾ ਲੱਗੇਗਾ ਕਿ ਬਈ ਇਹ ਕਿੰਨੀ ਪੁਰਾਣੀ ਹੈ, ਇਸ ਦੇ ਉੱਪਰ ਹੈ ਨਾ ਡੇਟਸ ਵਗੈਰਾ ਦਾ ਵੀ ਕੋਈ ਇਸ਼ੂ ਹੋਇਆ ਸੀਗਾ? ਨਹੀਂ, ਡੇਟ ਜਿਹੜਾ ਹੈਗਾ ਆ ਅਸੀਂ ਉਹਨਾਂ ਨੂੰ ਡੇਟ ਪਾਈ ਹੋਈ ਹੈ, ਡੇਟ ਪਈ ਹੋਈ ਹੈ, ਬਟ ਉਹਨਾਂ ਨੂੰ ਮੈਂ ਕਲੀਅਰਲੀ ਇੰਸਟਰਕਸ਼ਨਸ ਦਿੱਤੀਆਂ ਨੇ ਕਿ ਪੂਰਾ ਜਿਹੜਾ ਹੈਗਾ ਕਲੀਅਰ, ਜਿਹੜਾ ਸਭ ਨੂੰ ਦਿਖੇ ਕਿ ਕਦੋਂ ਬਣੀ ਹੈ ਅਤੇ ਕਦੋਂ ਐਕਸਪਾਇਰ ਹੋਣੀ ਹੈ, ਉਹ ਪੂਰਾ ਕਲੀਅਰ ਹੋਣਾ ਚਾਹੀਦਾ, ਲੇਬਲ ਜਿਹੜਾ ਲੱਗਿਆ ਹੋਣਾ ਚਾਹੀਦਾ, ਉਹ ਅਸੀਂ ਇਹਨਾਂ ਨੂੰ ਇੰਸਟਰਕਸ਼ਨਸ ਦਿੱਤੀਆਂ ਨੇ। ਅਗਰ ਫਿਰ ਵੀ ਫੋਲੋ ਨਹੀਂ ਕਰਨਗੇ ਤਾਂ ਫਿਰ ਜੋ ਵੀ ਸਾਡੇ ਕਾਨੂੰਨ ਦੇ ਮੁਤਾਬਿਕ ਜਿਹੜੀ ਹੈਗੀ ਹੈ ਬੰਦੀ ਕਾਰਵਾਈ ਕੀਤੀ ਜਾਏਗੀ। ਮੈਮ ਕਲੀਅਰ ਹੋਣਾ ਚਾਹੀਦਾ, ਕਲੀਅਰ ਨਹੀਂ ਸੀਗਾ ਇਸ 'ਤੇ? ਨਹੀਂ, ਇਸ 'ਤੇ ਉਹ ਕਹਿੰਦੇ ਨੇ ਕਿ ਕਲੀਅਰ ਸੀਗਾ, ਕੁਛ ਚੀਜ਼ ਨਹੀਂ ਕਲੀਅਰ ਸੀ, ਉਹਦੇ ਲਈ ਅਸੀਂ ਇੰਸਟਰਕਸ਼ਨਸ ਦੇ ਦਿੱਤੀਆਂ ਨੇ ਇਹਨਾਂ ਨੂੰ। ਮੈਮ ਜਿਸ ਤਰ੍ਹਾਂ ਤੁਹਾਨੂੰ ਪਤਾ ਲੱਗਿਆ ਸੀ, ਜਿਸ ਤਰ੍ਹਾਂ ਮਾਮਲਾ ਤੁਸੀਂ ਕਿਹਾ ਵੀ ਸਾਡੇ ਧਿਆਨ 'ਚ ਆਇਆ, ਇਹ ਪਤਾ ਲੱਗਿਆ ਵੀ ਕਿੰਨੇ ਕੁ ਬੱਚੇ ਜਿਹੜੇ ਹੈਗੇ ਨੇ ਉਹ ਬਿਮਾਰ ਹੋਏ ਨੇ ਜਾਂ ਪਰਿਵਾਰ ਜਿਹੜੇ? ਸਾਨੂੰ ਪਤਾ ਚੱਲਿਆ ਸੀ ਕਿ ਕੁਛ ਫੈਮਿਲੀ ਮੈਂਬਰ ਜਿਹੜੇ ਬਿਮਾਰ ਹੋਏ ਨੇ, ਬਟ ਦੇ ਆਰ ਆਲ ਆਰ ਆਊਟ ਆਫ ਡੇਂਜਰ ਐਂਡ ਸਟੇਬਲ। ਪਰਿਵਾਰਾਂ ਤੱਕ ਪਹੁੰਚ ਕਰਨ ਦੀ ਕੋਸ਼ਿਸ਼ ਕੀਤੀ ਹੈ ਵੀ ਉਹਨਾਂ ਦੇ ਘਰੋਂ ਸੈਂਪਲ ਲੈ ਤੱਕ? ਅਸੀਂ ਤਾਂ ਆਪਣਾ ਸਿਹਤ ਵਿਭਾਗ ਦਾ ਜਿਹੜਾ ਕੰਮ ਹੈ ਕਿ ਇੰਸਪੈਕਸ਼ਨ ਕਰਨੀ, ਜਿੱਥੋਂ ਖਾਣਾ ਬਣਿਆ ਉਹ ਚੈੱਕ ਕਰਨਾ, ਉਹ ਸਾਡਾ ਕੰਮ ਹੈ। ਉਹ ਸਾਡੇ ਸਿਵਲ ਸਰਜਨ ਸਾਹਿਬ ਨੇ ਜਿਹੜੇ ਹੈਗੇ ਨੇ, ਦੇ ਆਰ ਇਨ ਕੰਸਟੈਂਟ ਟੱਚ ਵਿਦ ਦਾ ਪੇਸ਼ੈਂਟਸ। ਸੈਂਪਲ ਭਰਨੇ ਚਾਹੀਦੇ ਸੀਗੇ, ਜਿਹੜਾ ਘਰੇ ਗਿਆ ਸੀਗਾ ਫੂਡ ਉਰੋ ਦੀ, ਉਸ ਦੇ ਸੈਂਪਲ ਹੋਣੇ ਚਾਹੀਦੇ ਸੀਗੇ? ਕੀ ਕਹਿ ਰਹੇ ਹੋ ਮੈਨੂੰ ਸਮਝ? ਜਿਸ ਤਰ੍ਹਾਂ ਉਰੋ ਦੀ ਫੂਡ ਜਿਹੜਾ ਗਿਆ ਸੀਗਾ, ਜਿਸ ਤਰ੍ਹਾਂ ਕੇਕ ਦੀ ਤੁਸੀਂ ਕਿਹਾ ਸ਼ਿਕਾਇਤ ਆਈ ਹੈ ਕਿ ਉਸ ਕੇਕ ਦੀ, ਜਦੋਂ ਸਾਡੇ ਕੋਲ ਜੋ ਸ਼ਿਕਾਇਤ ਆਈ ਹੈ ਉਸੇ ਹਿਸਾਬ ਨਾਲ ਅਸੀਂ ਅੱਜ ਆਏ ਹਾਂ, ਜੋ ਇਸ ਟਾਈਮ ਇੱਥੇ ਜੋ ਜੋ ਵੀ ਪ੍ਰੋਡਕਟ ਅਵੇਲੇਬਲ ਹੈਗਾ ਆ ਅਸੀਂ ਉਸੇ ਦੇ ਸੈਂਪਲ ਲੈ ਰਹੇ ਹਾਂ। ਥੈਂਕ ਯੂ ਮੈਮ, ਕਦੋਂ ਤੱਕ ਆ ਜਾਂਦੇ? ਮਚ ਥੈਂਕ ਯੂ। ਤੇ ਬਿਲਕੁਲ ਤੁਸੀਂ ਤਸਵੀਰ ਦੇਖ ਰਹੇ ਹੋ ਕਿ ਸਿਹਤ ਵਿਭਾਗ ਦੀ ਟੀਮ ਜਿਹੜੀ ਹੈ ਲਗਾਤਾਰ ਸੈਂਪਲਿੰਗ ਕਰ ਰਹੀ ਹੈ, ਕੇਕ ਦੇ ਜਿਹੜੇ ਸੈਂਪਲ ਨੇ ਉਹ ਲਏ ਜਾ ਰਹੇ ਨੇ। ਜਿਸ ਤਰ੍ਹਾਂ ਮੈਡਮ ਨੇ ਕਿਹਾ ਕਿ ਸਾਨੂੰ ਕੇਕ ਦੀ ਜਿਹੜੀ ਸ਼ਿਕਾਇਤ ਹੈ ਉਹ ਇੱਥੇ ਆਈ ਸੀਗੀ, ਤਾਂ ਉਸ ਤੋਂ ਬਾਅਦ ਜਿਹੜੇ ਕੇਕ ਦੇ ਸੈਂਪਲ ਤੁਸੀਂ ਦੇਖੋਗੇ ਕਿ ਇੱਥੋਂ ਦੀ ਲਏ ਜਾ ਰਹੇ ਨੇ, ਤਾਂ ਸਿਹਤ ਵਿਭਾਗ ਦੀ ਟੀਮ ਜਿਹੜੀ ਹੈ ਉਹ ਇਸ ਥਾਂ ਦੇ ਉੱਪਰ ਪਹੁੰਚੀ ਹੋਈ ਹੈ, ਲਗਾਤਾਰ ਜਿਹੜੀ ਇੱਥੇ ਰੇਡ ਹੈ ਉਹ ਚੱਲਦੀ ਹੋਈ ਨਜ਼ਰ ਆ ਰਹੀ ਹੈ। ਤਾਂ ਇਹ ਤਸਵੀਰ ਤੁਸੀਂ ਦੇਖ ਰਹੇ ਹੋ ਕਿ ਸਿਹਤ ਵਿਭਾਗ ਕੋਲ ਸ਼ਿਕਾਇਤ ਪਹੁੰਚੀ ਸੀਗੀ ਕਿ ਇਸ ਦੁਕਾਨ ਤੋਂ ਜਿਹੜਾ ਕੇਕ ਪਰਿਵਾਰ ਦੇ ਕੋਲ ਪਹੁੰਚਿਆ ਸੀਗਾ, ਇਸ ਦੁਕਾਨ ਤੋਂ ਜਿਹੜੀ ਪੈਟਿਸ ਜਾਂ ਪੇਸਟਰੀ ਜਿਹੜੀਆਂ ਉਹ ਪਰਿਵਾਰ ਦੇ ਕੋਲ ਗਈਆਂ ਸੀਗੀਆਂ ਜਿੱਥੇ ਖੁਸ਼ੀਆਂ ਦਾ ਮੌਕਾ ਸੀਗਾ, ਉੱਥੇ ਜਿਹੜੀ ਇਹ ਘਟਨਾ ਵਾਪਰੀ ਹੈ, ਤਾਂ ਉਸ ਤੋਂ ਬਾਅਦ ਸਿਹਤ ਵਿਭਾਗ ਜਿਹੜਾ ਇਸ ਥਾਂ ਦੇ ਉੱਪਰ ਪਹੁੰਚ ਗਿਆ। ਤਾਂ ਇਹ ਤਸਵੀਰਾਂ ਤੁਸੀਂ ਦੇਖ ਰਹੇ ਹੋ ਕਿ ਹਰਬੰਸ ਆਈਸਕ੍ਰੀਮ ਦੀ ਜਿਹੜੀ ਇਹ ਦੁਕਾਨ ਹੈ ਉਸ ਦੁਕਾਨ ਦੇ ਉੱਪਰ ਜਿਹੜੀ ਇਹ ਚੈਕਿੰਗ ਹੈ ਉਹ ਚੱਲਦੀ ਹੋਈ ਨਜ਼ਰ ਆ ਰਹੀ ਹੈ। ਤਾਂ ਸਿਹਤ ਵਿਭਾਗ ਦੀ ਟੀਮ ਪਹੁੰਚੀ ਹੋਈ ਹੈ, ਲਗਾਤਾਰ ਇੱਥੇ ਸੈਂਪਲਿੰਗ ਜਿਹੜੀ ਹੈ ਉਹ ਕੀਤੀ ਜਾ ਰਹੀ ਹੈ, ਜਿੱਥੇ ਸਾਰਾ ਕੁਝ ਬਣਦਾ ਹੈ, ਜਿੱਥੇ ਸਾਰਾ ਕੁਝ ਤਿਆਰ ਹੁੰਦਾ ਹੈ, ਤਾਂ ਉਸ ਥਾਂ ਦੇ ਉੱਪਰ ਵੀ ਜਾ ਕੇ ਸੈਂਪਲ ਭਰੇ ਗਏ ਨੇ। ਤਾਂ ਹੁਣ ਜਿਹੜੀ ਪੈਕਿੰਗ ਕੀਤੀ ਹੋਈ ਸੀਗੀ ਜਾਂ ਜਿਹੜੇ ਕੇਕ ਫਰਿੱਜ ਦੇ ਵਿੱਚ ਲੱਗੇ ਹੋਏ ਸੀਗੇ ਉਹਨਾਂ ਦੇ ਸੈਂਪਲ ਵੀ ਲਏ ਗਏ ਨੇ, ਅਤੇ ਜਿਹੜੀ ਪੈਕਿੰਗ ਜਿਹੜੀਆਂ ਆਈਸਕ੍ਰੀਮ ਸੀਗੀਆਂ ਉਸ ਦੇ ਸੈਂਪਲ ਵੀ ਜਿਹੜੇ ਇੱਥੋਂ ਦੀ ਲਏ ਗਏ ਨੇ। ਤਾਂ ਇਹ ਤਸਵੀਰ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ
ਇਹ ਉਰੋਂ ਦੀ ਸੈਂਪਲਿੰਗ ਜਿਹੜੀ ਆ ਉਹ ਕੀਤੀ ਜਾ ਰਹੀ ਹੈ। ਤਾਂ ਇਹ ਕੇਕ ਦੀ ਸੈਂਪਲਿੰਗ ਹੈ ਜਿਹੜੀ ਇੱਥੋਂ ਦੀ ਕੀਤੀ ਜਾ ਰਹੀ ਹੈ। ਤਾਂ ਇਹ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਸਿਹਤ ਵਿਭਾਗ ਦੀ ਟੀਮ ਜਿਹੜੀ ਹੈ ਲੰਬੇ ਸਮੇਂ ਤੋਂ ਇਸ ਦੁਕਾਨ ਦੇ ਵਿੱਚ ਮੌਜੂਦ ਹੈ ਅਤੇ ਇੱਥੋਂ ਦੀ ਸੈਂਪਲਿੰਗ ਜਿਹੜੀ ਹੈ ਲਗਾਤਾਰ ਕੀਤੀ ਜਾ ਰਹੀ ਹੈ। ਤਾਂ ਇਹ ਤਸਵੀਰਾਂ ਤੁਸੀਂ ਦੇਖੀਆਂ ਨੇ ਪਟਿਆਲਾ ਦੀਆਂ ਹਰਬੰਸ ਆਈਸਕ੍ਰੀਮ ਦੀ ਦੁਕਾਨ ਤੋਂ। ਕੱਲ੍ਹ ਜਿਹੜਾ ਇੱਕ ਪਰਿਵਾਰ ਆਪਣੇ ਬੱਚੇ ਦੇ ਜਨਮਦਿਨ ਮੌਕੇ ਇੱਥੋਂ ਦੀ ਕੇਕ ਲੈ ਕੇ ਜਾਂਦਾ, ਇੱਥੋਂ ਦੀ ਪੈਟਿਸ ਪੇਸਟਰੀਆਂ ਲੈ ਕੇ ਜਾਂਦਾ, ਉਸ ਤੋਂ ਬਾਅਦ ਘਰ ਦੇ ਵਿੱਚ ਖੁਸ਼ੀਆਂ ਮਨਾਈਆਂ ਜਾਂਦੀਆਂ ਨੇ ਅਤੇ ਆਂਢ ਗੁਆਂਢ ਦੇ ਜਿਹੜੇ ਬੱਚੇ ਨੇ ਉਹ ਘਰ ਦੇ ਵਿੱਚ ਕੇਕ ਕੱਟਣ ਦੇ ਲਈ ਆਪਣੇ ਜਨਮਦਿਨ ਬੱਚੇ ਦੇ ਜਨਮਦਿਨ ਮੌਕੇ ਬੁਲਾਏ ਜਾਂਦੇ ਨੇ। ਅਤੇ ਕੇਕ ਕੱਟਣ ਮਗਰੋਂ ਜਦੋਂ ਕੇਕ ਬੱਚਿਆਂ ਨੂੰ ਸਰਵ ਕੀਤਾ ਜਾਂਦਾ, ਜਦੋਂ ਬੱਚਿਆਂ ਨੂੰ ਖਵਾਇਆ ਜਾਂਦਾ, ਤਾਂ ਉਸ ਦੇ ਨਾਲ ਪਰਿਵਾਰ ਸਣੇ ਜਿਹੜਾ ਬੱਚੇ ਸੀਗੇ ਜਿਹੜੇ ਬੁਲਾਏ ਹੋਏ ਤਾਂ ਉਹ ਬਿਮਾਰ ਹੋ ਜਾਂਦੇ ਨੇ। ਦਰਜਨ ਦੇ ਕਰੀਬ ਬੱਚੇ ਦੱਸੇ ਜਾ ਰਹੇ ਜਿਹੜੇ ਬਿਮਾਰ ਹੋਏ ਸੀਗੇ ਪਟਿਆਲਾ ਦੇ ਸਹਾਰਾ ਹਸਪਤਾਲ ਦੇ ਵਿੱਚ ਜਿਹੜੇ ਦਾਖਲ ਹੋਏ ਸੀਗੇ, ਉਹਨਾਂ ਦਾ ਇਲਾਜ ਜਿਹੜਾ ਉੱਥੇ ਚੱਲਦਾ ਪਿਆ ਸੀਗਾ। ਤਾਂ ਉਹ ਤਸਵੀਰਾਂ ਵੀ ਤੁਹਾਨੂੰ ਦਿਖਾਈਆਂ ਨੇ ਕਿ ਕਿਸ ਤਰ੍ਹਾਂ ਫੋਟੋਜ਼ ਜਿਹੜੀਆਂ ਸਾਹਮਣੇ ਆਈਆਂ ਨੇ ਜਿਸ ਵਿੱਚ ਬੱਚਿਆਂ ਦੇ ਡ੍ਰਿਪਸ ਲੱਗੀਆਂ ਹੋਈਆਂ ਨਜ਼ਰ ਆ ਰਹੀਆਂ ਨੇ, ਪਰਿਵਾਰਾਂ ਦੇ ਡ੍ਰਿਪਸ ਲੱਗੀਆਂ ਹੋਈਆਂ ਨਜ਼ਰ ਆ ਰਹੀਆਂ ਨੇ। ਤਾਂ ਹੁਣ ਜਿਹੜੀ ਇਸ ਦੁਕਾਨ ਦੇ ਉੱਪਰ ਜਿੱਥੋਂ ਦੀ ਸਾਰਾ ਫੂਡ ਗਿਆ ਸੀ, ਜਿੱਥੋਂ ਸਾਰੀ ਕਹਾਣੀ ਸ਼ੁਰੂ ਹੁੰਦੀ ਹੈ, ਉਸ ਦੁਕਾਨ ਦੇ ਉੱਪਰ ਸਿਹਤ ਵਿਭਾਗ ਦੀ ਟੀਮ ਜਿਹੜੀ ਆ ਉਹ ਪਹੁੰਚੀ ਹੋਈ ਹੈ। ਤਾਂ ਇਹ ਤਸਵੀਰ ਦੇਖੋਗੇ ਕਿ ਇੱਥੋਂ ਦੀ ਸੈਂਪਲਿੰਗ ਜਿਹੜੀ ਹੈ ਉਹ ਹੋ ਰਹੀ ਹੈ। ਤਾਂ ਸੈਂਪਲਿੰਗ ਦੀ ਤਸਵੀਰ ਤੁਹਾਨੂੰ ਦਿਖਾ ਰਹੇ ਹਾਂ ਕਿ ਕਿਸ ਤਰ੍ਹਾਂ ਇਸ ਦੁਕਾਨ ਦੇ ਉੱਪਰ ਜਿਹੜੀ ਰੇਡ ਹੋਈ ਹੈ, ਉਸ ਤੋਂ ਬਾਅਦ ਜਿਹੜੀ ਕਹਿ ਸਕਦੇ ਹਾਂ ਕਿ ਖਬਰ ਜਿਹੜੀ ਸਾਹਮਣੇ ਆਈ ਸੀਗੀ ਕਿ ਬੱਚੇ ਜਿਹੜੇ ਬਿਮਾਰ ਹੋਏ ਨੇ, ਪਰਿਵਾਰ ਜਿਹੜਾ ਇੱਥੋਂ ਦੀ ਫੂਡ ਲੈ ਕੇ ਜਾਂਦਾ ਉਸ ਦੇ ਨਾਲ ਕਈ ਬੱਚੇ ਬਿਮਾਰ ਹੁੰਦੇ ਨੇ। ਕਾਫੀ ਵੱਡੀ ਘਟਨਾ ਸੀਗੀ ਪਟਿਆਲਾ ਦੇ ਵਿੱਚ, ਹਾਲਾਂਕਿ ਕੋਈ ਜਾਨੀ ਨੁਕਸਾਨ ਹੋਣ ਤੋਂ ਬਚਾਵ ਹੋਇਆ। ਤਾਂ ਪਹਿਲਾਂ ਵੀ ਪਟਿਆਲਾ ਦੇ ਵਿੱਚ ਕੁਝ ਅਜਿਹੇ ਘਟਨਾਵਾਂ ਜਿਹੜੀਆਂ ਵਾਪਰੀਆਂ ਸੀਗੀਆਂ ਜਿਸ ਦੇ ਨਾਲ ਸਿਹਤ ਵਿਭਾਗ ਦੇ ਉੱਪਰ ਕਾਫੀ ਵੱਡੇ ਸਵਾਲ ਖੜੇ ਹੁੰਦੇ ਨੇ ਕਿ ਆਖਿਰਕਾਰ ਜਦੋਂ ਅਜਿਹੀਆਂ ਘਟਨਾਵਾਂ ਮੀਡੀਆ ਸਾਹਮਣੇ ਲਿਆਉਂਦੀ ਹੈ ਉਦੋਂ ਹੀ ਸਿਹਤ ਵਿਭਾਗ ਕਿਉਂ ਪਹੁੰਚਦਾ ਇਸ ਦੁਕਾਨਾਂ ਦੇ ਉੱਪਰ? ਇਸ ਤੋਂ ਪਹਿਲਾਂ ਹਾਲਾਂਕਿ ਸਿਹਤ ਵਿਭਾਗ ਦੀ ਕਿਤੇ ਵੀ ਜਿਹੜੀ ਹੈ ਟੀਮ ਕਿਤੇ ਵੀ ਚੈਕਿੰਗ ਕਰਦੀ ਹੋਈ ਜਾਂ ਕਿਤੇ ਵੀ ਸੈਂਪਲਿੰਗ ਕਰਦੀ ਹੋਈ ਨਜ਼ਰ ਨਹੀਂ ਆਉਂਦੀ ਹੈਗੀ, ਲੇਕਿਨ ਤਿਉਹਾਰਾਂ ਦਾ ਸੀਜ਼ਨ ਹੈ, ਸਿਹਤ ਵਿਭਾਗ ਦੇ ਉੱਪਰ ਕਾਫੀ ਵੱਡਾ ਸਵਾਲ ਹੈ। ਤਾਂ ਇਹ ਤਸਵੀਰ ਤੁਸੀਂ ਦੇਖ ਪਾ ਰਹੇ ਹੋ ਕਿ ਅੱਜ ਸੈਂਪਲਿੰਗ ਜਿਹੜੀ ਹੈ ਹਰਬੰਸ ਆਈਸਕ੍ਰੀਮ ਦੀ ਦੁਕਾਨ ਦੇ ਉੱਪਰੋਂ ਕੀਤੀ ਜਾ ਰਹੀ ਹੈ। ਤਾਂ ਇਹ ਤਸਵੀਰ ਤੁਹਾਡੇ ਨਾਲ ਸਾਂਝੀ ਕੀਤੀ ਹੈ ਪਟਿਆਲਾ ਤੋਂ, ਜਿੱਥੇ ਉਹ ਦਰਜਨ ਦੇ ਕਰੀਬ ਬੱਚੇ ਅਤੇ ਪਰਿਵਾਰ ਜਿਹੜੇ ਨੇ ਇਸ ਦੁਕਾਨ ਦੇ ਉੱਪਰੋਂ ਗਏ ਕੇਕ ਦੇ ਨਾਲ ਬਿਮਾਰ ਹੋਏ ਸੀਗੇ। ਤਾਂ ਉਸ ਤੋਂ ਬਾਅਦ ਸਿਹਤ ਵਿਭਾਗ ਦੀ ਟੀਮ ਜਦੋਂ ਉਹਨਾਂ ਦੇ ਕੋਲ ਜਾਣਕਾਰੀ ਪਹੁੰਚਦੀ ਹੈ ਤਾਂ ਉਹ ਇਸ ਦੁਕਾਨ ਦੇ ਉੱਪਰ ਪਹੁੰਚੀ, ਸੈਂਪਲਿੰਗ ਜਿਹੜੀ ਹੈ ਉਹ ਕੀਤੀ ਜਾ ਰਹੀ ਹੈ। ਤਾਂ ਅਸੀਂ ਲੋਕਾਂ ਨੂੰ ਕਹਿਣਾ ਚਾਹਾਂਗੇ ਕਿ ਤੁਸੀਂ ਸਸਤੀ ਚੀਜ਼ ਦੇਖ ਕੇ ਅਜਿਹੀਆਂ ਜਿਹੜੀਆਂ ਕਹਿ ਸਕਦੇ ਹਾਂ ਕਿ ਲਾਪਰਵਾਹੀਆਂ ਨਾ ਵਰਤੋ ਕਿ ਤੁਹਾਡੇ ਬੱਚੇ ਜਾਂ ਤੁਹਾਡੇ ਪਰਿਵਾਰਾਂ ਦੇ ਨਾਲ ਵੀ ਅਜਿਹਾ ਹੋਵੇ, ਕਿਉਂਕਿ ਹੁਣ ਦਰਜਨ ਦੇ ਕਰੀਬ ਜਿਹੜੇ ਬੱਚੇ ਅਤੇ ਪਰਿਵਾਰ ਇਸ ਦੁਕਾਨ ਤੋਂ ਗਏ ਕੇਕ ਅਤੇ ਪੇਸਟਰੀ ਪੈਟਿਸ ਦੇ ਨਾਲ ਬਿਮਾਰ ਹੋਏ ਨੇ। ਕੈਮਰਾ ਪਰਸਨ ਰਵਿੰਦਰ ਪਾਲ ਸਿੰਘ ਬਿੱਟੂ ਦੇ ਨਾਲ ਕਵਲਜੀਤ ਕੰਬੋਜ, ਜਗਬਾਣੀ ਟੀਵੀ ਪਟਿਆਲਾ।